ਪਤਾ ਵੀ ਮੈਨੂੰ ਸ਼ਰਮ ਆਉ ਸਵੇਰੇ ਕੀ ਹੋਇਆ ਮੈਨੂੰ ਆਇਆ ਕਿਸੇ ਦਾ ਮੈਸੇਜ ਆਇਆ ਚੱਲ ਆਉਂਦਾ ਯਾਰ ਨਾ ਵੀ ਮੁੰਡੇ ਮੁੰਡੇ ਹੈਗੇ ਆ ਚੱਲ ਸਕੋਰ ਦਾ ਆਇਆ ਜਸ ਸਕੋਰ ਦਾ ਮੇਰੇ ਮੱਥੇ ਦੇ ਉੱਤੇ ਕੋਈ ਮੈਂ ਉਹਨੂੰ ਲਿਖਿਆ ਵੀ ਮੈਂ ਕਿਸੇ ਕੁੜੀ ਦਾ ਨੰਬਰ ਦੱਸਾਂ ਵੀ ਇਹਦਾ ਗੱਲ ਕਰਦਾ ਮੈਂ ਆਪਣੇ ਜਨਾਨੀ ਨੂੰ ਦੱਸਾਂ ਇਹ ਮੈਨੂੰ ਮਾਫ ਕਰੂਗੀ ਕਿੱਡੀ ਸਰੀਫ ਹੈ ਮਾਫ ਕਰੂਗੀ ਮੈਨੂੰ ਕਿਸੇ ਨੇ ਸਲਾਹ ਦਿੱਤੀ ਕਹਿੰਦੇ ਵੀ ਜੇਕਰ ਕਹਿੰਦੇ ਮੈਂ ਜਨਾਨੀ ਤੋਂ ਮੈਂ ਬਹੁਤ ਪਰੇਸ਼ਾਨ ਆ ਕਹਿੰਦੇ ਬਾਈ ਕੀ ਗੱਲ ਹੋ ਗਈ ਮੈਂ ਸ਼ਾਮਾਂ ਨੂੰ ਅਸੀਂ ਲਾਉਣਾ ਹੁੰਦੇ ਦੋ ਪੈਕ ਕਿੱਥੇ ਉਹਨਾਂ ਦੇ ਰੇੜੀ ਦੁੜੀ ਤੇ ਆਉਂਦੇ ਹਨ ਇਹ ਮਹਾਰਾਣੀ ਵਸੁੰਧਰਾ ਇਹ ਛਾਈ ਬੋਤਲ ਲਗੋ ਦਿੰਦੀ ਆ ਮਾਤੜ ਦੇ ਕੋਲ ਸੌ ਡੇਢ ਸੌ ਰੁਪਏ ਉਹੀ ਹੁੰਦਾ ਉਹੀ ਅਸੀਂ ਬਾਪੂ ਵਧੀਆ ਲੈਣਾ ਹੁੰਦਾ ਜੋ ਘਰੇ ਆ ਕੇ ਰੱਖ ਕੇ ਨਹਾਉਣ ਲੱਗ ਜਾਂਦੇ ਬਾਪੂ ਵਾ ਲਗੋ ਦਿੰਦੀ ਆ ਦਾਦਾ ਪਿਛਲੀ ਸਟੋਰੀ ਤੇ ਆਉਣਾ ਮੈਂ ਤੇ ਮੈਨੂੰ ਫਿਰ ਬੰਦੇ ਨੇ ਕਹਿੰਦੇ ਰਹਿ ਦਿੱਤਾ ਕਹਿੰਦੇ ਵੀ ਕਿਸੇ ਮੁੰਡੇ ਦਾ ਨਾਂ ਭਰ ਦੋ ਕੁੜੀ ਦੇ ਨਾਂ ਡਿਲੀਟ ਕਿਉਂ ਕੀਤਾ ਹੁਣ ਮੈਂ ਕੀ ਕੀਤਾ ਉਹਨੂੰ ਜੋ ਕਰ ਰਿਹਾ ਸੀ ਮੈਸੇਜ ਕਰ ਰਿਹਾ ਸੀ ਇਹਨੇ ਮੇਰਾ ਫੋਨ ਫੜ ਲਿਆ ਉਹਨੇ ਮੈਸੇਜ ਪੜ੍ਹ ਦੇ ਮੈਂ ਬਾਹਰ ਗਿਆ ਨੰਬਰ ਡਿਲੀਟ ਕਰਿਆ ਮਗਰੋਂ ਹਾਲਤ ਆ ਹੁੰਦੀ ਆ ਹੁਣ ਮੈਨੂੰ ਪਤਾ ਮੈਨੂੰ ਰੋਟੀ ਮਿਲਣੀ ਆ ਪਤਾ ਨਹੀਂ ਮਿਲਣੀ ਪਰ ਮੈਨੂੰ ਐਂ ਲੱਗਦਾ ਵੀ ਢੋਲ ਰੋਟੀ ਵੀ ਮਿਲ ਜੂ ਤੂੰ ਨੰਬਰ ਦੱਸ ਕੀਦਾ ਯਾਰ ਤੁਸੀਂ ਇੰਨਾ ਦੱਸਦੇ ਹੋ ਵੀ ਇੰਨੇ ਸ਼ਰੀਫ ਕੋਈ ਹੁੰਦਾ ਵੀ ਬੰਦਾ ਉਹਨੂੰ ਦੱਸੇ ਵੀ ਹਾਂ ਮੈਂ ਆਹ ਕੋਈ ਜਨਾਨੀ ਨਾਲ ਗੱਲ ਕਰਦੀ ਜਨਾਨੀ ਕਹੇ ਵੀ ਮੈਨੂੰ ਪਤਾ ਮਾਡਰਨ ਯੁੱਗ ਹੋ ਰਿਹਾ ਅੱਜ ਕੱਲ ਹਟਦੇ ਨਹੀਂ ਬੰਦੇ ਇੱਧਰ ਉੱਧਰ ਜਾਣਾ ਮਾਡਰਨ ਯੁੱਗ ਹੋ ਰਿਹਾ ਫਿਰ ਲੈ ਫਿਰ ਤਾਂ ਫਿਰ ਘਰੀ ਲੈ ਆਇਆ ਕਰਾਂਗੇ ਅਸੀਂ ਵੀ ਸਾਨੂੰ ਚੋਰੀ ਕਰਨੇ ਕੀ ਲੋੜ ਹੈ ਕਿ ਨਹੀਂ ਬਚੋ ਜਿੰਨਾ ਬਚਿਆ ਜਾਂਦਾ ਇਹ ਇਹੋ ਜਿਹਾ ਮੋਤੀ ਚੂਰ ਆ ਦੇਖ ਲੋ ਹਾਂ ਦੇਖ ਲਾ ਜੁੰਡੇ ਤਾਂ ਤੁਹਾਡੇ ਸਾਹਮਣੇ ਪੱਟੀ ਜਾਂਦੀ ਹੈ ਹਾਂ ਪਿਆਰ ਨਾ ਪੱਟ ਰਹੀ ਕੀ ਦੱਸਾਂ ਭੈਣ ਕਹਿ ਰਹੀ ਆ ਜਦੋਂ ਮਿਲ ਗਈ ਫਿਰ ਇਹਨੂੰ ਸੌਕਣ ਕਹਿ ਕੇ ਗੱਲੂ ਇਹ ਨਹੀਂ ਨਹੀਂ ਆਜ ਭੈਣ ਘਰੇ ਆ ਜਾ ਕੰਮ ਕਰ ਲਿਆ ਕਰਾਂਗੇ ਵੰਡ ਵੁੰਡ ਕੇ ਜਰੂਰੀ ਗੱਲਾਂ ਐਡੀ ਕਿਸਮਤ ਸਾਡੀ ਕਿੱਥੇ ਹੈ ਮੇਰੀ ਸੇਵਾ ਕਰ ਲਿਆ ਕਰੀ ਚੱਲ ਮੈਨੂੰ ਫ੍ਰੀ ਕਰੋ ਮਤਲਬ ਉਹ ਮੇਰੀ ਲੱਤਾਂ ਲੱਤਾਂ ਘੁੱਟਾ ਕੁਛ ਰੋਟੀ ਖਵਾਇਆ ਕਰ ਹਾਂ ਨਹੀਂ ਮੈਂ ਰੋਟੀ ਖਵਾਉ ਲਾਹੂਗੀ ਵੀ ਅਗਲੀ ਤੇ ਤਾਂ ਧਰ ਕਢਾਉਣੀ ਹੈ ਨਹੀਂ ਮੈਂ ਤਾਂ ਕਿਉਂ ਕਢਾਉਣੀ ਹੈ ਧਰ ਮੈਂ ਤਾਂ ਨਿਗਾਹ ਰੱਖਿਆ ਕਰ ਤੁਹਾਡੇ ਦੋਨਾਂ ਦੀ ਜਦੋਂ ਮੈਂ ਉਹਨੂੰ ਲਿਆ ਆਇਆ ਵੀ ਮੈਨੂੰ ਤੇਰੀ ਨਿਗਾਹ ਦੀ ਕੀ ਲੋੜ ਹੈ ਮੈਂ ਵੀ ਤਾਂ ਲੱਡੂ ਖਾ ਕੇ ਦੇਖ ਲੋ ਸਾਲਸੀ ਮਹੀਨੇ ਲੱਡੂ ਵਧੀਆ ਲੱਗਿਆ ਖਾ ਲਾਂਗੇ ਨਹੀਂ ਤਾਂ ਭਾਈ ਆਪਾਂ ਕੋਈ ਨੀ ਖਾ ਸਕਦਾ ਲੱਡੂ ਸਾਲ ਛੇ ਮਹੀਨੇ ਤੇਰੇ ਨਾਲ ਖਾ ਨੀ ਰਿਹਾ ਇੰਨਾ ਕੌੜਾ ਲੱਡੂ ਰੱਬ ਨੇ ਪੱਲੇ ਪਾਇਆ ਮੇਰੇ ਰਹਿ ਰੱਬ ਨਾ ਕਾਜੂ ਕਤਲੀ ਦੇਖ ਲੋ ਇਹਦੇ ਵਰਗੀ ਦੁੱਧ ਦੀ ਧੋਤੀ ਆਈਆਂ ਇਹ ਤਾਂ ਕਹਿੰਦੀ ਦੁਨੀਆਂ ਤੋਂ ਵੱਧ ਮੈਂ ਸੋਹਣੀ ਆ ਸਾਗਾ ਸਾਈ ਮੈਂ ਗਲੇ ਬਤਾਉ ਵਰਗੀ ਹੋਈ ਪਈ ਸੋਹਣੀ ਨੀ ਹੈਗੀ ਬਟ ਮੈਂ ਪਰ ਮਨ ਦੀ ਬਹੁਤ ਸੋਹਣੀ ਆ ਤਰੀਕਾ ਵਧੀਆ ਸਭ ਕੁਛ ਦੱਸਦਾ
ਜੇ ਆ ਢੋਲ ਗੱਲ ਤੋਂ ਲਹਾਉਣਾ ਤੁਹਾਨੂੰ ਤਕਲੀਫ ਆਊਗੀ, ਤੁਹਾਡੇ ਛਿੱਤਰ ਬਹੁਤ ਪੈਣਗੇ। ਹੁਣ ਮੇਰੇ ਤਾਂ ਸਵੇਰ ਦੇ ਪਈ ਜਾਂਦੇ ਨੇ, ਪਰ ਮੈਂ ਡੋਲਿਆ ਨੀ ਹੈਗਾ, ਤਕੜਾ ਜ਼ਮੀਰ ਆ ਮੇਰਾ, ਮੈਂ ਹਜੇ ਵੀ ਡਟਿਆ ਹੋਇਆ ਮਨਾਂ ਦੇ ਵਿੱਚ। ਮੈਂ ਇਹਨੂੰ ਕਹਿਤਾ ਬਈ ਹਨਾ, ਜੇ ਤੇਰੇ ਬੰਦੇ ਤੈਨੂੰ ਮੇਰੇ ਤੇ ਸ਼ੱਕ ਹੋ ਗਿਆ, ਹੁਣ ਚੱਲ ਬਈ ਗਲਤੀ ਹੋ ਜਾਂਦੀ ਹੈ ਨਾ ਬੰਦੇ ਨੂੰ, ਵੀ ਤੂੰ ਮੈਨੂੰ ਤਲਾਕ ਦੇ ਪਰੇ। ਕਿਉਂ ਦੇਦਾ ਤਲਾਕ ਵਿੱਚ ਵਿਚਾਲੇ ਪਊ, ਦੋਆ ਦੇ ਵਿਚਾਲੇ ਵਿਚਾਲੇ ਪਊਗੀ ਵਿੱਚ ਵਿਚਾਲੇ। ਫਿਰ ਮੈਂ ਦੱਸ ਕੌਣ ਉਹ, ਮੈਂ ਫਿਰ ਸ਼ਰੀਫੀ ਨਾਲ ਚੱਲ ਪਰਾ ਹੋ ਜੂੰ ਜੇ ਦੱਸ ਦੇਗਾ, ਜੇ ਨਹੀਂ ਦੱਸਿਆ ਫਿਰ ਮੈਂ ਵਿਚਾਲੇ। ਤੂੰ ਮੈਨੂੰ ਤਲਾਕ ਤਲਾਕ ਦੇ ਕਾਗਜ਼ਾਂ ਤੇ ਸਾਈਨ ਕਰਕੇ ਦੇ ਦੇ, ਮੈਂ ਤੈਨੂੰ ਨਾ ਦੱਸ ਤਲਾਕ ਵੱਡੇ ਸਾਹਿਬ ਨੂੰ ਖੁੱਲੀ ਤਰੀਕਾ ਬੜਾ ਘੈਂਟ ਆ ਪੁਰਾਣੇ, ਉਹ ਦੇਖ ਲਿਓ ਜਮਾ ਕੇ ਠੀਕ ਹੈ।